ਸਾਡੇ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁਰਮ ਜੀ ਨੇ ਪੁਲਰ ਸਾਹਿਬ ਜਗਰਾਓਂ ਦੇ ਵਿੱਚ ਜੋ ਹਾਦਸਾ ਵਾਪਰਿਆ ਉਸ ਨੂੰ ਲੈ ਕੇ ਪੰਜਾਬ ਸਰਕਾਰ ਦਾ ਕੀ ਐਕਸ਼ਨ ਲਿੱਤਾ ਜਾ ਰਿਹਾ ਜੀ? ਜਿਹੜਾ ਇਹ ਹਾਦਸਾ ਵਾਪਰਿਆ ਪਹਿਲਾਂ ਤੇ ਮੈਂ ਤੇ ਦੁੱਖ ਜ਼ਾਹਰ ਕਰਦਾ, ਬਹੁਤ ਮਾੜੀ ਗੱਲ ਹੋਈ ਆ, ਕਿਸੇ ਦਾ ਛੋਟਾ ਬੱਚਾ ਚਲ ਜਾਣਾ ਦੁਨੀਆਂ ਤੋਂ, ਬੜਾ ਮੰਦਭਾਗਾ ਹੋਇਆ। ਤੇ ਮੈਂ ਆਪਣੇ ਟਰਾਂਸਪੋਰਟ ਡਿਪਾਰਟਮੈਂਟ ਦੇ ਸੈਕਟਰੀ ਡਾਇਰੈਕਟਰ ਸਾਹਿਬ ਨੂੰ ਕਿਹਾ ਵੀ ਇਹਦੀ ਰਿਪੋਰਟ ਮੰਗਵਾ ਕੇ 2 ਦਿਨ ਦੇ ਵਿੱਚ ਹੀ ਭੇਜੀ ਜਾਵੇ, ਵੀ ਕੌਣ ਹੈ ਇਹਦਾ ਜ਼ਿੰਮੇਵਾਰ, ਕਿਹਦੀ ਗਲਤੀ ਦੇ ਨਾਲ ਇਹ ਹਾਦਸਾ ਆ, ਜੋ ਜ਼ਿੰਮੇਵਾਰ ਹੋਵੇਗਾ, ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹਦੇ ਤੇ ਕੀਤੀ ਜਾਵੇ। ਪੁਲਰ ਸਾਹਿਬ, ਜਿੱਥੇ ਲੋਕ ਉੱਥੇ ਇਹ ਵੀ ਕਹਿ ਰਹੇ ਸੀ, ਕਹਿੰਦੇ ਕਿ ਡਰਾਈਵਰ ਦੀ ਗਲਤੀ ਸੀ, ਔਰ ਇਹ ਵੀ ਗੱਲ ਕਿਤੇ ਨਾ ਕਿਤੇ ਲੋਕ ਇੱਥੇ ਕਹਿ ਰਹੇ ਸੀ ਕਿ ਡਰਾਈਵਰ ਜਿਹੜੇ ਨੇ ਉਹ ਨਸ਼ੇ ਦੇ ਵਿੱਚ ਸੀਗੇ, ਉਹਨਾਂ ਜਿਹੜੇ ਲਗਾਤਾਰ ਇੱਦਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਾਂ ਫਿਰ ਜਿੱਥੇ ਡਰਾਈਵਰਸ ਦੀ ਗਲਤੀ ਹੁੰਦੀ ਹੈ, ਉਸ ਨੂੰ ਲੈ ਕੇ ਪੰਜਾਬ ਸਰਕਾਰ ਕਿਸ ਤਰੀਕੇ ਨਾਲ ਅੱਗੇ ਮੁਸਤੈਦੀ ਦਿਖਾਏਗੀ? ਦੇਖੋ, ਜਦੋਂ ਬੰਦਾ ਬੰਦੇ ਦਾ ਡਰਾਈਵਿੰਗ ਲਾਇਸੈਂਸ ਉਹਦੇ ਬਕਾਇਦਾ ਟੈਸਟ ਹੁੰਦਾ ਆ ਟਰੈਕ ਤੇ ਜਾ ਕੇ, 2 ਦਿਨ ਦੀ ਉਹਦੀ ਜਿਹੜੀ ਟ੍ਰੇਨਿੰਗ ਹੁੰਦੀ ਆ, ਪੂਰਾ ਵੇਖਿਆ ਜਾਂਦਾ ਵੀ ਅੱਖਾਂ ਉਹਦੀਆਂ ਦਾ ਟੈਸਟ ਹੁੰਦਾ ਆ, ਉਹਦਾ ਸਾਰਾ ਟੋਪ ਟੈਸਟ ਹੁੰਦਾ, ਸਾਰਾ ਕੁਝ ਕਰਕੇ ਫੇਰ ਹੀ ਲਾਇਸੈਂਸ ਬਣਾਇਆ ਜਾਂਦਾ। ਤੇ ਜੇ ਇਹ ਡਰਾਈਵਰ ਦਾ ਨਾ ਬਣਿਆ ਹੋਇਆ ਲਾਇਸੈਂਸ, ਉਹਦੇ ਤੇ ਵੀ ਇਹ ਬੰਦੇ ਤੇ ਕਾਰਵਾਈ ਹੋਵੇਗੀ ਵੀ ਤੂੰ ਲਾਇਸੈਂਸ ਤੋਂ ਬਿਨਾਂ ਕਿਉਂ ਚਲਾ ਰਿਹਾ। ਬਾਕੀ ਜਿਹੜਾ ਵੀ ਦੋਸ਼ੀ ਹੋਏਗਾ, ਭਾਵੇਂ ਉਹ ਡਰਾਈਵਰ ਆ ਜਾਂ ਕੋਈ ਹੋਰ, ਵਿੱਚ ਰਿਪੋਰਟ ਆਉਂਦੀ ਆ, ਰਿਪੋਰਟ ਦੇ ਅਨੁਸਾਰ ਹੀ ਕਾਰਵਾਈ ਹੋਵੇਗੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ। ਧੰਨਵਾਦ।